ਕੈਨੇਡਾ ਚ ਪੜ੍ਹਦੇ ਧੀਆਂ ਪੁੱਤਾਂ ਜਾਂ ਫਿਰ ਹੋਰ ਸਾਕ ਸੰਬੰਧੀਆਂ ਨੂੰ ਵਿਜ਼ਟਰ ਵੀਜ਼ਾ ਤੇ ਕੈਨੇਡਾ ਮਿਲਣ ਲਈ ਜਾਣ ਵਾਲੇ ਲਈ ਕੈਨੇਡਾ ਇਮੀਗ੍ਰੇਸ਼ਨ ਅਤੇ ਬਾਰਡਰ ਸਿਕਿਉਰਿਟੀ ਨੇ ਲਾਲ ਝੰਡੇ ਦਿਖਾਉਂਦਾ ਰਸਤਾ ਲੱਭ ਲਿਆ। ਪੰਜਾਬੀ ਲੋਕ ਆਪਣੀ ਬਹੁਤੀ ਸਿਆਣਪ ਵਰਤ ਕੇ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਵਿਚ ਵਸਣ ਦਾ ਤਰੀਕਾ ਲੱਭ ਲੈਂਦੇ ਨੇ, ਪਰ ਹੁਣ ਉਨ੍ਹਾਂ ਦਾ ਤੋੜ ਲੱਭਣ ਵਿਚ ਕੈਨੇਡਾ ਸਰਕਾਰ ਵੀ ਪਿੱਛੇ ਨਹੀਂ ਰਹੀ। ਕੈਨੇਡਾ ਜਾਣ ਲਈ ਵਿਜ਼ਟਰ ਵੀਜ਼ਾ ਦੀ ਕੋਈ ਇੱਕ ਮਿਆਦ ਨਹੀਂ ਹੁੰਦੀ। ਕਈ ਵਾਰ ਵੀਜ਼ਾ 6 ਮਹੀਨਿਆਂ ਦਾ ਮਿਲਦਾ ਹੈ, ਕਈ ਵਾਰ 15 ਦਿਨ ਦਾ ਅਤੇ ਕਈ ਵਾਰ ਤਾਂ ਇਕੱਠਾ 10 ਸਾਲਾਂ ਦਾ ਵੀ ਮਿਲ ਜਾਂਦਾ। ਲੋਕ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਜਾ ਕੇ ਵੱਧ ਤੋਂ ਵੱਧ 5 ਤੋਂ 5.5 ਮਹੀਨੇ ਤੱਕ ਰਹਿ ਸਕਦੇ ਨੇ, ਮਤਲਬ 6 ਮਹੀਨੇ ਤੋਂ ਪਹਿਲਾਂ ਵਾਪਸ ਕੈਨੇਡਾ ਛੱਡਣਾ ਲਾਜ਼ਮੀ ਹੈ। ਲੋਕਾਂ ਇਹਨਾਂ 6 ਮਹੀਨਿਆਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਦਾ ਨੁਕਸਾਨ ਸਰਕਾਰ ਨੂੰ ਵੀ ਝੱਲਣਾ ਪੈਂਦਾ। ਰਿਸ਼ਤੇਦਾਰੀ 'ਚ ਕੋਈ ਵਿਆਹ, ਜਨਮਦਿਨ ਜਾਂ ਕੋਈ ਹੋਰ ਤਰੀਕੇ ਦਾ ਸਮਾਗਮ ਹੋਵੇ ਜਾਂ ਫਿਰ ਕੈਨੇਡਾ ਵਿੱਚ ਪੜ੍ਹਦੇ ਬੱਚਿਆਂ ਨੂੰ ਮਿਲਣ ਜਾਣ ਵਾਲੇ ਲੋਕਾਂ ਨੂੰ ਵਿਜ਼ਟਰ ਵੀਜ਼ਾ ਮਿਲ ਜਾਂਦਾ, ਪਰ ਇਸ ਵੀਜ਼ੇ ਰਾਹੀਂ ਕੈਨੇਡਾ ਵਿੱਚ ਰਹਿਣ ਦੌਰਾਨ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ। ਫਿਰ ਵੀ ਲੋਕ ਆਪਣੀ ਸਿਆਣਪ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਗੈਰ ਕਾਨੂੰਨੀ ਢੰਗ ਨੂੰ ਰੋਕਣ ਲਈ ਹੁਣ ਕੈਨੇਡਾ ਸਰਕਾਰ ਨੇ ਨਵਾਂ ਤਰੀਕਾ ਅਖਤਿਆਰ ਕਰ ਲਿਆ। ਕੈਨੇਡਾ ਸਰਕਾਰ ਨੇ ਵਿਜ਼ਟਰ ਰੈਕਰਡ ਨਾਮ ਦੀ ਇੱਕ ਸਰਵਿਸ ਸ਼ੁਰੂ ਕੀਤੀ ਹੈ। ਸਰਲ ਭਾਸ਼ਾ ਵਿੱਚ ਇਸਦਾ ਮਤਲਬ ਹੈ ਤੁਹਾਨੂੰ ਕੈਨੇਡਾ ਵਿੱਚ ਰਹਿਣ ਦੌਰਾਨ ਆਪਣੇ ਕੀਤੇ ਸਾਰੇ ਕੰਮਾਂ ਦਾ ਵੇਰਵਾ, ਕਦੋਂ ਤੇ ਕਿੱਥੇ ਰਹੇ, ਇਹ ਕਿਸ ਕੋਲ ਰਹੇ, ਕਿੱਥੇ ਘੁੰਮਣ ਗਏ ਆਦਿ ਬਾਰੇ ਸਭ ਦੱਸਣਾ ਪਵੇਗਾ। ਇਹ ਸਾਰਾ ਪਰਚਾ ਭਰ ਕੇ ਤੁਹਾਨੂੰ ਕੈਨੇਡਾ ਤੋਂ ਵਾਪਸ ਆਪਣੇ ਦੇਸ਼ ਪਰਤਣ ਤੋਂ ਪਹਿਲਾਂ ਹਵਾਈ ਅੱਡੇ ਤੇ ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੌਂਪ ਕੇ ਆਉਣਾ ਪਵੇਗਾ। ਇਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਸਰਕਾਰ ਨੂੰ ਕੋਈ ਸ਼ੱਕੀ ਗੱਲ ਨਜ਼ਰ ਆਈ ਤਾਂ ਉਹ ਤੁਹਾਨੂੰ ਅਗਲੀ ਵਾਰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕ ਦੇਣਗੇ। ਇਦੋਂ ਤੱਕ ਜੇ ਤੁਹਾਡਾ ਸਾਰਾ ਵੀਜ਼ਾ ਰੱਦ ਵੀ ਕੀਤਾ ਜਾ ਸਕਦਾ ਹੈ ਤੇ ਤੁਹਾਡਾ ਰਿਕਾਰਡ ਵੀ ਖਰਾਬ ਕੀਤਾ ਜਾ ਸਕਦਾ ਹੈ। ਸਰਕਾਰ ਅਨੁਸਾਰ ਵਿਜ਼ਟਰ ਵੀਜ਼ਾ ਤੇ ਆਏ ਲੋਕ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਦਾਅਵਾ ਕਰਦੇ ਨੇ, ਪਰ 6 ਮਹੀਨੇ ਕਿਹੜੇ ਸਮਾਗਮ ਚੱਲਦੇ ਨੇ ਇਸ ਬਾਰੇ ਸਰਕਾਰ ਨੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ 6 ਮਹੀਨੇ ਤੱਕ ਉੱਥੇ ਰਹਿ ਕੇ ਕੰਮ ਕਰਨਾ ਤੁਹਾਡੇ ਲਈ ਮੁਸੀਬਤ ਬਣ ਸਕਦਾ ਹੈ। ਪਹਿਲੀ ਵਾਰ 'ਚ ਤਾਂ ਤੁਸੀਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਹਾਸਲ ਕਰ ਸਕਦੇ ਹੋ, ਪਰ ਜੇਕਰ ਕੋਈ ਵੀ ਚਲਾਕੀ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਦੂਜੀ, ਤੀਸਰੀ, ਚੌਥੀ ਵਾਰ ਕੈਨੇਡਾ ਜਾਣਾ ਤਾਂ ਤੁਸੀਂ ਭੁੱਲ ਹੀ ਜਾਓ। ਨਵਾਂ ਪਰਚਾ ਸਿਸਟਮ ਭਾਵ ਵੀਜ਼ਾ ਰੈਕਰਡ ਸਿਸਟਮ ਤੁਹਾਡੀ ਹਰ ਜਾਣਕਾਰੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਦੇਵੇਗਾ ਅਤੇ ਉਹੀ ਜਾਣਕਾਰੀ ਹੋਵੇਗੀ ਜੋ ਸਰਕਾਰ ਨੂੰ ਤੁਸੀਂ ਭਰ ਕੇ ਦੇਵੇਗੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਾਲ ਕਰੋ 93978 93978।